ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੰਜਾਬ ਦੇ ਵਿੱਚ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਚੱਲ ਰਿਹਾ ਹੈ ਅਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸ਼ਰਾਬਖਾਨਿਆਂ ਨੇ ਵੀ ਕਰ ਕੀਤਾ ਹੋਇਆ ਹੈ। ਸ਼ਰਾਬ ਦੇ ਵੀ ਬਹੁਤ ਸਾਰੇ ਅਜਿਹੇ ਸ਼ਰਾਬੀ ਹੈ ਨੇ ਜਿਨ੍ਹਾਂ ਤੋਂ ਪੰਜਾਬਣਾਂ ਤੰਗ ਆਈਆਂ ਅਤੇ ਤੰਗ ਆ ਕੇ ਉਹਨਾਂ ਨੇ ਇੱਕੋ ਹੀ ਹੱਲ ਇਸ ਦਾ ਸਮਝਿਆ। ਪਹੁੰਚ ਗਈਆਂ ਠੇਕੇ 'ਤੇ ਜਾ ਕੇ ਠੇਕੇ 'ਚ ਜਿੰਨੀਆਂ ਸ਼ਰਾਬ ਦੀਆਂ ਬੋਤਲਾਂ ਸੀ ਇੱਕ ਇੱਕ ਕਰਕੇ ਸਾਰੀਆਂ ਬਾਹਰ ਸੁੱਟ ਠੇਕਾ ਖਾਲੀ ਕਰ ਦਿੱਤਾ। ਗੁਰੂ ਪਿਆਰਿਓ, ਨਸ਼ਾ ਕੋਈ ਵੀ ਚੰਗਾ ਨਹੀਂ ਹੈ, ਚਾਹੇ ਸ਼ਰਾਬ ਦਾ ਹੋਵੇ, ਤੰਬਾਕੂ ਦਾ ਹੋਵੇ, ਚਰਸ, ਗਾਂਜੇ, ਅਫੀਮ ਦਾ ਹੋਵੇ ਜਾਂ ਸਿੰਥੈਟਿਕ ਡਰੱਗ ਹੋਵੇ। ਨਸ਼ਾ ਹਮੇਸ਼ਾ ਅਤੇ ਹਮੇਸ਼ਾ ਇਨਸਾਨ ਨੂੰ ਬੁਰਾਈ ਵੱਲ ਹੀ ਲੈ ਕੇ ਜਾਂਦਾ ਹੈ, ਬਰਬਾਦੀ ਵੱਲ ਹੀ ਲੈ ਕੇ ਜਾਂਦਾ ਹੈ। ਅੱਜ ਤੱਕ ਕੋਈ ਇੱਕ ਇਨਸਾਨ ਤੁਸੀਂ ਦੱਸ ਦਿਓ ਜਿਹੜਾ ਨਸ਼ੇੜੀ ਹੋਵੇ ਜਾਂ ਨਸ਼ਾ ਵੇਚਣ ਵਾਲਾ ਹੋਵੇ ਜਿਸ ਦਾ ਟੱਬਰ ਆਬਾਦ ਤੁਸੀਂ ਵੇਖਿਆ ਹੋਵੇ। ਇਸ ਕਰਕੇ ਇਹਨਾਂ ਮਾੜੀਆਂ ਚੀਜ਼ਾਂ ਤੋਂ ਜਿੰਨਾ ਦੂਰ ਰਹੇਗਾ ਸਮਾਜ, ਉਨਾ ਹੀ ਸਮਾਜ ਹੱਸਦਾ, ਖੇਡਦਾ ਅਤੇ ਵੱਸਦਾ ਰਹੇਗਾ। ਇਸ ਕਰਕੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਦੁਖੀ ਹੋ ਕੇ ਔਰਤਾਂ ਹੀ ਨਾ ਠੇਕਿਆਂ 'ਤੇ ਪਹੁੰਚ ਕੇ ਬੋਤਲਾਂ ਭੰਨਣ। ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਅੰਦਰ ਦੀ ਇਨਸਾਨੀਅਤ ਜਗਾਈਏ। ਸਾਡੇ ਹੱਥ ਦੇ ਵਿੱਚ ਜੇ ਸ਼ਰਾਬ ਦੀ ਅੱਜ ਬੋਤਲ ਹੈ ਤਾਂ ਅਸੀਂ ਆਪ ਉਹਨੂੰ ਭੰਨ ਕੇ ਜਾਈਏ ਅਤੇ ਆਪ ਪ੍ਰਣ ਕਰੀਏ ਕਿ ਅਸੀਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਨਾ, ਅਸੀਂ ਕਿਸੇ ਨੂੰ ਦੁਖੀ ਨਹੀਂ ਕਰਨਾ। ਉਸ ਦੇ ਨਾਲ ਇੱਕ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ, ਦੂਸਰਾ 4 ਪੈਸੇ ਬਚਣਗੇ ਜਿਸ ਦੇ ਨਾਲ ਤੁਸੀਂ ਆਪਣੇ ਪਰਿਵਾਰ ਦਾ ਸੁੱਖੀ ਸਾਂਦੀ ਗੁਜ਼ਾਰਾ ਕਰ ਸਕਦੇ ਹੋ, ਬਿਮਾਰੀਆਂ ਤੋਂ ਵੀ ਬਚੇ ਰਹੋਗੇ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।